अमृतसर जिले दे विच एक पिंड गरवाली पैंदा, उत्थे एक भगत जी रिहा करदे सी। वाहिगुरु। ते भगत जी उन्हां नूं तांदे सी वी भगती बड़ी करदे सी। वाह वाह। ते भगती करके कदे उन्हां ने जनाया नहीं सी। हुण ते सी एक सुखमणी साहब दा पाठ कर लईए ना, जिन्ना चिर पंजां सत्तां गुआंढियां नूं दस ना दईए सानूं अंदर दी होमे टिकण नहीं दिंदी। भगत जी भगती बड़ी करदे सी पर दर्शाउंदे नहीं सी। उसे पिंड दे रहण वाला अत दा शराबी हरमिंदर सिंह नाम दा बंदा ते भगत दे लागे आके बह गया। भगत जी कहण लगे, ओ हरमिंदर सिंह ओए तू बंदा बड़ा वधिया ते तू शराब छड़ दे। आंदा भगत जी ए नहीं जे छुटनी, ए ते हुण मड़ियां तक नाल ही जाऊगी। भगत जी कहण लगे, मनुखा जीवन परमेश्वर वल्लों एक इनाम मिलिया ही, जे दियां कीमतां कदरां नहीं चुकाएगा ते 84 दा गेड़ा वेख ला किड्डा तगड़ा, ते तू शराब छड़ दे। आंदा भगत जी और बड़ी लगी आ, मीह नहीं पैण दिया, फसलां सुकियां, जिमीदार बड़े तंग वा, तुसी मीह पवा दिओ ते आपां शराब छड़ देंगे। ਉਹਨਾਂ ਆਖਿਆ, ਵੇਖ ਮੀਂਹ ਪਵਾਉਣਾ ਇਹ ਸਾਡੇ ਵੱਸ ਦੀ ਗੱਲ ਤੇ ਨਹੀਂ, ਤੇ ਜੇ ਪਰਮੇਸ਼ਰ ਦੇ ਗਾੜੀ ਬੇਨਤੀ ਕਰੀਏ ਤੇ ਕਦੇ ਕਦੇ ਉਹ ਸੁਣ ਲੈਂਦਾ। ਮੀਂਹ ਕਦੋਂ ਪਵਾਉਣਾ ਈ? ਆਂਦਾ ਸ਼ਰਾਬ ਕਿੰਨੀ ਛਡਾਉਣੀ ਜੇ? ਉਹਨਾਂ ਆਖਿਆ ਅੱਜ ਹੀ, ਤੇ ਆਂਦਾ ਫਿਰ ਅੱਜ ਹੀ ਮੀਂਹ ਪਵਾ ਦਿਓ। ਇਹ ਕਹਿ ਕੇ ਤੇ ਘਰ ਨੂੰ ਤੁਰ ਪਿਆ, ਚਾਰ ਕਦਮ ਜਾ ਕੇ ਤੇ ਫਿਰ ਵਾਪਸ ਮੁੜਿਆ ਆਵੇ। ਆਂਦਾ ਭਗਤ ਜੀ ਗੱਲ ਸੁਣੋ, ਜੇ ਤੇ 4 ਵਜੇ ਤੱਕ ਮੀਂਹ ਪੈ ਗਿਆ ਤੇ ਜ਼ਿੰਦਗੀ ਭਰ ਸ਼ਰਾਬ ਨੂੰ ਕਦੇ ਮੂੰਹ ਨਹੀਂ ਲਾਊਂਗਾ, ਤੇ ਜੇ ਮੀਂਹ ਨਾ ਪਿਆ ਨਾ ਇੱਥੇ ਸ਼ਾਮ ਨੂੰ ਮੇਰੇ ਨਾਲ ਬਹਿ ਕੇ ਪੀਣੀ ਪੈਣੀ। ਇਹੋ ਜਿਹੇ ਵੀ ਕਈ ਬੰਦੇ ਹੁੰਦੇ ਆ। ਉਹਨਾਂ ਆਖਿਆ ਵੀ ਠੀਕ ਆ, ਲਾਗੇ ਬੈਠੇ ਸੀ ਬਾਬਾ ਲਹਿਰੀ ਜੀ, ਮੈਂ ਲਹਿਰੀ ਦੇ ਦਰਸ਼ਨ ਬਾਬਾ ਜੀ ਆਪ ਕੀਤੇ ਹੰਡੇਸਰੇ ਅੰਬਾਲੇ ਦੇ ਲਾਗੇ ਉਹਨਾਂ ਦਾ ਸਥਾਨ ਸੀ, ਤੇ ਇੱਕ ਸੇਵਾਦਾਰ ਉਹਨਾਂ ਦੇ ਕੋਲ ਸੁਖਮਣੀ ਸਾਹਿਬ ਦਾ ਜਾਪ ਕਰਦਾ ਰਹਿੰਦਾ ਹੁੰਦਾ ਸੀ। ਉਹਦੀਆਂ 4 ਕਲੈਣਾਂ ਵੀ ਮੈਨੂੰ ਚੇਤੇ ਆ, ਪਾਰਸ ਔਗਣ ਨਹੀਂ ਵੇਖਦਾ ਤਲਵਾਰ ਦੇ, ਭਾਵੇਂ ਹੱਥ ਜਲਾ ਤੇ ਫੜੀ ਹੋਵੇ ਫੜੀ ਹੋਵੇ ਉਹਨੂੰ ਲੋਹੇ ਤੋਂ ਸੋਨਾ ਬਣਾ ਦਿੰਦਾ, ਭਾਵੇਂ ਲਹੂ ਦੇ ਨਾਲ ਉਹ ਭਰੀ ਹੋਵੇ, ਕਿਸਮਤ ਕਿੰਨੀ ਵੀ ਤੇ ਕਿਸੇ ਦੀ ਵੀ ਕਾਲੇ ਕੋਲੇ ਦੇ ਵਾਂਗਰਾਂ ਸੜੀ ਹੋਵੇ, ਗੁਰੂ ਨਾਨਕ ਸਾਹਿਬ ਦੀ ਜਿਹੜਾ ਸ਼ਰਨ ਆਵੇ ਲਹਿਰੀ ਜਨਮ ਮਰਨ ਤੋਂ ਸਦਾ ਲਈ ਉਹ ਭਰੀ ਹੋਵੇ। ਸਤਿ ਸ੍ਰੀ ਅਕਾਲ। ਉਹਦੀਆਂ 4 ਲੈਣਾਂ ਵੀ ਹੋਰ ਚੇਤੇ ਆ ਗਈਆਂ। ਆਂਦਾ ਅਬ ਤੋਂ ਮਨ ਨਹੀਂ ਚਾਹਤਾ ਹੈ ਕਹੀਂ ਆਨੇ ਕੋ ਕਹੀਂ ਜਾਣੇ ਕੋ, ਤੇ ਜਾਂਦੇ ਆਉਂਦੇ ਵੀ ਕਿਤੇ ਨਹੀਂ ਸੀ, ਡੇਰੇ ਤੇ ਰਿਹਾ ਕਰਦੇ ਸੀ। ਵਾਹਿਗੁਰੂ। ਅਬ ਤੋਂ ਮਨ ਨਹੀਂ ਚਾਹਤਾ ਹੈ ਕਹੀਂ ਆਨੇ ਕੋ ਕਹੀਂ ਜਾਣੇ ਕੋ, ਨਾ ਬਾਤ ਕਿਸੀ ਕੀ ਸੁਣਨੇ ਕੋ, ਨਾ ਆਪਣੀ ਬਾਤ ਸੁਣਾਨੇ ਕੋ, ਦੁਨੀਆ ਕੀ ਭੂਲ ਬਲਈਆ ਮੇ ਯੇ ਮਨੁਆ ਭੂਲਾ ਫਿਰਤਾ ਥਾ, ਅਬ ਤੋਂ ਮਨੁਆ ਡਟ ਗਿਆ ਹੈ ਬਿਗੜੀ ਹੋਈ ਬਾਤ ਬਣਾਨੇ ਕੋ, ਯੇ ਲੈਕਚਰ ਬਾਜੀ ਵੀ ਕਿਸੀ ਕਾਮ ਨਹੀਂ, ਜੇ ਫਜ਼ੂਲ ਹੀ ਮਗਜ਼ ਖਪਾਈ ਹੈ ਲੈਕਚਰ ਤੋਂ ਕਰਨਾ ਚਾਹੀਏ ਆਪਣਾ ਮਨ ਸਮਝਾਨੇ ਕੋ। ਵਾਹ ਵਾਹ। ਜਿਨ ਆਪਣਾ ਮਨ ਸਮਝਾਇਆ ਨਹੀਂ ਔਰਨ ਕੋ ਉਪਦੇਸ਼ ਕਰੇ, ਉਹ ਫਿਰ ਹੋ ਕਰ ਤਿਆਰ ਰਹੇ ਨਰਕੋ ਮੇ ਗੋਤੇ ਖਾਨੇ ਕੋ। ਲਹਿਰੀ ਕੀ ਲਹਿਰੇ ਖਤਮ ਹੋਈ ਖਤਮ ਹੋਈ ਲਹਿਰੀ ਕੀ ਲਹਿਰੇ ਖਤਮ ਹੋਈ ਅਬ ਬਹਿਰ ਕੀ ਤਰ੍ਹਾਂ ਖਮੋਸ਼ ਹੁਆ, ਅਬ ਤੋ ਮਨ ਨਹੀਂ ਚਾਹਤਾ ਹੈ ਦਰਿਆ ਕੀ ਤਰ੍ਹਾਂ ਸ਼ੋਰ ਮਚਾਨੇ ਕੋ। ਲਹਿਰੀ ਨੇ ਭਗਤ ਦੇ ਗੋਡੇ ਤੇ ਹੱਥ ਰੱਖ ਕੇ ਆਖਿਆ, ਭਗਤ ਜੀ ਇਹੋ ਜਿਹਾ ਬੰਦਿਆਂ ਨਾਲ ਬੇਸੀਦਾ ਨਹੀਂ ਹੁੰਦਾ, ਸਾਰੀ ਉਮਰ ਤੇ ਸ਼ਰਾਬ ਨੂੰ ਮੂੰਹ ਨਹੀਂ ਲਾਇਆ, ਤੇ ਸ਼ਾਮ ਨੂੰ ਸ਼ਰਾਬ ਦੀ ਬੋਤਲ ਲੈ ਕੇ ਆਜੂਗਾ, ਇਹਦੇ ਨਾਲ ਬਹਿ ਕੇ ਪੀਵਾਂਗੇ, ਭਾਜਾ ਤੇਰੇ ਵਾਸਤੇ ਇੱਥੇ ਮੀਂਹ ਅਸੀਂ ਲੈ ਕੇ ਬੈਠੇ ਹਾਂ। ਤੇ ਭਗਤ ਜੀ ਨੇ ਆਖਿਆ, ਲਹਿਰੀ ਜੀ ਤੁਸੀਂ ਫਿਕਰ ਕਿਉਂ ਕਰਦੇ ਜੇ, ਓਏ ਮੀਂਹ ਤੇ ਕੁਛ ਵੀ ਨਹੀਂ, ਪਰਮੇਸ਼ਰ ਤੇ ਭਗਤਾਂ ਦੇ ਵੱਡੇ ਵੱਡੇ ਕਾਜ ਸਵਾਰਨ ਦਾ ਵੱਡੇ ਵੱਡੇ ਸੱਚ ਹੈ।
साढ़े तीन का समा हो गया, साढ़े तीन का धर्मिंदर सो शराब की बोतल लेके आ गया। आंदा फड़ो भगत जी हुण किधरों मीह आउणा, ते उहने आख्या हरमिंदर सिंह अजे ते अद्धा घंटा बाकी पिया, सानू ते एक सैकंड रहिंदिआं तक वी परमेश्वर उत्ते भरोसा। मैं उस नगर वी दवान ला के आया, मैनू नगर दे लोक दसण भी चार वजन च अजे पांच मिनट बाकी सन, पता नहीं किधरों किधरों कालियां कटावां चढ़ के आ गईआं, ते एडी एडी मोटी कणी दा मीह वर लग पिया। खो सतनाम श्री वाहिगुरु। सत श्री अकाल। ना तू आवे बस बहुत किणावणे, ना तू आवे बस वेद पढ़ावणे, ना तू आवे बस तीर्थ नहाईए, ना तू आवे बस धरती ताईए, ना तू आवे बस किते सियाण पे, ना तू आवे बस बहुता दान दे, सब को तेरा वस अगम अगोचरा, तू भगता के वस भगता तान तेरा, रूड़ो ठाकर रूड़ो क्या गया सोने नु, रूड़ो ठाकर किते वस ना आवे, हर सो किश करे जे हर क्या संता पावे। परमेश्वर ओ करंदा जेड़ा ओदे प्यारे नु पौंदा